ਦਿਰੰਦਰ ਚੋਣਾ ਤੋਂ ਬਾਅਦ ਸਰਕਾਰ ਦਾ ਅਸਲੀ ਰੂਪ ਸਾਹਮਣੇ ਆ ਰਿਹਾ ਹੈ ਜਿਹੜੇ ਜਿਹੜੇ ਕੰਮ ਇਹਨਾਂ ਨੇ ਕਰਨੇ ਸੀ ਉਹ ਹੁਣ ਸਾਹਮਣੇ ਆ ਰਹੇ ਨੇ ਕਿ ਸਭ ਤੋਂ ਪਹਿਲਾਂ ਤਾਂ ਬਿਜਰੀ ਤਰ੍ਹਾਂ ਵਿੱਚ ਵਾਅਦਾ ਸਰਕਾਰ ਨੇ ਉਹਨਾਂ ਟਾਈਮ ਕੋਈ ਗੱਲ ਨਹੀਂ ਕੀਤੀ ਬਿਜਰੀ ਤਰ੍ਹਾਂ ਦੀ ਜਿੰਨਾ ਟੈਪ ਚਲੰਦਰ ਚੋਣਾ ਚੱਲ ਰਹੀਆਂ ਜੀ ਚੋਣ ਪ੍ਰਚਾਰ ਚੱਲ ਜਿਉਂ ਹੀ ਚੋਣ ਪ੍ਰਚਾਰ ਬੰਦ ਹੋਇਆ ਚੋਣਾਂ ਹੋ ਗਈਆਂ ਰਿਜ਼ਲਟ ਆ ਗਿਆ ਸਰਕਾਰ ਜਿੱਤ ਪ੍ਰਾਪਤ ਕਰ ਗਈ ਉਦੋਂ ਬਾਅਦ ਬਿਜਰੀ ਤਰ੍ਹਾਂ ਦਾ ਨੋਟਿਸ ਆਇਆ ਦੇ ਬਿਜਲੀ ਦਰਾਂ ਵਿੱਚ ਵਾਧਾ ਹੋ ਚੁੱਕਿਆ ਹੈ ਸਰਕਾਰ ਨੇ ਪਹਿਲਾਂ ਉੱਤੇ ਕੋਈ ਗੱਲ ਨਹੀਂ ਕੀਤੀ ਸੀ ਫਿਰ ਦੂਜਾ ਹੋਇਆ ਕੰਮ ਜੀਰਾ ਫੈਕਟਰੀ ਦਾ ਜਿਹੜੇ ਕਿਸਾਨ ਜੁਨੀਅਨ ਦਾ ਸਾਰਾ ਜੋਰ ਲੱਗ ਗਿਆ ਜੀਰਾ ਫੈਕਟਰੀ ਬੰਦ ਕਰਾਉਣ ਤੇ ਕਿੰਨੇ ਹੀ ਧੰਨੇ ਲੱਗੇ ਕਿੰਨਾ ਹੀ ਲੋਕਾਂ ਨੇ ਜੋਰ ਲਾਇਆ ਜੀਰਾ ਫੈਕਟਰੀ ਬੰਦ ਕਰਾਉਣ ਤੇ ਪਰ ਹੁਣ ਹਾਈ ਕੋਰਟ ਵੱਲੋਂ ਜੀਰਾ ਫੈਕਟਰੀ ਬੰਦ ਕਰਨ ਦੇ ਹੁਕਮ ਬਾਅਦ ਉਸ ਲੈਣ ਦੀ ਕਿਹਾ ਗਿਆ ਕਿਉਂਕਿ ਉਹਨਾਂ ਨੇ ਪੰਜਾਬ ਸਰਕਾਰ ਦੇ ਪ੍ਰਦੂਸ਼ਣ ਬੋਰਡ ਕੋਲੇ ਜਾ ਕੇ ਕਿਹਾ ਸੀ ਵੀ ਸਾਡੇ ਦਾ ਪੱਖ ਸੁਣਿਆ ਨਹੀਂ ਗਿਆ ਤੇ ਉਸਨੇ ਕਿਹਾ ਵੀ ਜਿਹੜਾ ਇੰਨਾ ਦਾ ਵੀ ਪੱਖ ਸੁਣਿਆ ਜਾਵੇ ਦੇਖੋ ਜੀ ਕਿੰਨਾ ਜੋਰ ਲਾਇਆ ਸੀ ਜੁਨੀਆਨਾ ਨੇ ਫੀਰਾ ਫੈਕਟਰੀ ਬੰਦ ਕਰਾਉਣ ਤੇ ਤੇ ਸਰਕਾਰ ਨੇ ਤੌਹੀ ਕੰਮ ਕਰਦਾ ਜਿਹੜਾ ਨਾ ਕਰਨਾ ਸੀਗਾ ਭਗਵਾਨ ਤਵਾਰ ਨੇ ਪਾ ਮੇ ਹੁਕਮ ਦਿੱਤਾ ਯੂਰਾ ਫੈਕਟਰੀ ਬੰਦ ਕਰਨ ਦੇ ਪਰ ਲਿਖਤੀ ਰੂਪ ਵਿੱਚ ਕੋਈ ਆਰਡਰ ਨਹੀਂ ਦਿੱਤਾ ਸੀ ਇਹ ਕਿਸਾਨ ਜੁਨੀਅਨ ਦਾ ਕਹਿਣਾਗਾ ਜੇਕਰ ਹੁਣ ਆਖੀਏ ਤਾਂ ਹੁਣ ਪਹਾਨਾ ਸਿੱਧੂ ਸਰਕਾਰ ਨੇ ਪਹਾਨੇ ਸਿੱਧੂ ਉੱਤੇ ਵੀ ਕਾਰਵਾਈ ਬੋਟਾਂ ਤੋਂ ਬਾਅਦ ਹੀ ਕੀਤੀਆਂ 11 ਤਰੀਕ ਨੂੰ ਨਾ ਤੇ ਪਰਚਾ ਹੋਇਆ ਸੀਗਾ ਤੇ ਕੱਲ ਉਹਨੂੰ ਚੈੱਕ ਲਿਆਗਾ ਗ੍ਰਿਫਤਾਰ ਕੀਤਾ ਗਿਆ ਉੱਤੇ ਦੇ ਭਰਾ ਨੂੰ ਉਹਦੇ ਘਰੇ ਪੂਰੀ ਇਸ ਤਰ੍ਹਾਂ ਸਰਚਿੰਗ ਕੀਤੀ ਗਈ ਜਿਸ ਤਰ੍ਹਾਂ ਕੋਈ ਉਹ ਚਿੱਟਾ ਵੇਚਦਾ ਹੋਵੇਈ ਜੇ ਕੋਈ ਨਸ਼ੇ ਦਾ ਵੱਡਾ ਡੀਲਰ ਹੋਵੇ ਸਰਕਾਰ ਨੇ ਉਹਦੇ ਉੱਤੇ ਪੂਰੀ ਸ਼ਕਤੀ ਨਾਲ ਕੀਤੀ ਹੈਗੀ ਉਹਦੇ ਭਰਾ ਨੂੰ ਚੱਕਿਆ ਉਹ ਲੰਗਰੀਨ ਚੱਕਿਆਗਾ ਤੇ ਸਰਕਾਰ ਨੇ ਚਿੱਟੇ ਵਾਲੇ ਤਾਂ ਕੋਈ ਏਡੀ ਵੱਡੀ ਕੋਈ ਕਾਰਵਾਈ ਨਹੀਂ ਕੀਤੀ ਐਡੀ ਭਾਨੇ ਸਿੱਧੂ ਤੇ ਕਰ ਦਿੱਤੀ ਗਿਆ ਸਰਕਾਰ ਕਿਹੜੇ ਕੰਮ ਕਰ ਰਹੀ ਹੈ ਇਹ ਸਮਝ ਨਹੀਂ ਆ ਰਹੀ ਸਰਕਾਰ ਨੂੰ ਜਿਹੜੇ ਕੰਮ ਕਰਨੇ ਚਾਹੀ ਸੀ ਉਹ ਕਰ ਨਹੀਂ ਰਹੀ ਸਰਕਾਰ ਹੋਰ ਹੀ ਕੰਮਾਂ ਵਿੱਚ ਪੈ ਚੁੱਕੀ ਆ ਜਿਹੜਾ ਬਦਲਾਅ ਚਾਹੁੰਦੀ ਸੀ ਸਰਕਾਰ ਉਹ ਨਹੀਂ ਕਰ ਰਹੀ ਸਾਰੇ ਹੀ ਕੰਮ ਪੰਜਾਬ ਦੇ ਉਲਟ ਹੋ ਰਹੇ ਨੇਗੇ ਜਿਕਰ ਆਖੀ ਜੀਰਾ ਫੈਕਟਰੀ ਨਾਲ ਕਿੰਨੇ ਹੀ ਲੋਕਾਂ ਦੇ ਉੱਤੇ ਬਿਮਾਰੀਆਂ ਫੈਲਦੀਆਂ ਸੀਗੀਆਂ ਕਿੰਨੇ ਵੀ ਲੋਕ ਤੰਗ ਪਰੇਸ਼ਾਨ ਨੇਗੇ ਕਿ ਉਹਨਾਂ ਦਾ ਪਾਣੀ ਕਿੰਨਾ ਖਰਾਬ ਹੋ ਗਿਆ ਕਿੰਨੇ ਲੋਕਾਂ ਨੇ ਧਰਨੇ ਦਿੱਤੇ ਕਿੰਨਾ ਹੀ ਉੱਥੇ ਲੋਕਾਂ ਨੇ ਆਪਣੀ ਸਮਾਂ ਗਾਲਿਆ ਫਿਰ ਕੰਮ ਉਹੀ ਹੋ ਗਿਆ ਜਿਹੜਾ ਨਾ ਹੁਣ ਸਾਰੀ ਮਿਹਨਤ ਅਸਫਲ ਦੀ ਦਿਖਦੀ ਜਾ ਰਹੀ ਹੈਗੀ ਤੇ ਜਿਕਰ ਆਖੀ ਹੁਣ ਸਰਕਾਰ ਹਾ ਦੇ ਹਰ ਤੰਮਾ ਤਾਂ ਫੇਰ ਹੁੰਦੀ ਜਾ ਰਹੀ ਹੈ ਕਿ ਜਿਹੜਾ ਸਰਕਾਰ ਨੇ ਕੰਮ ਕਰਨੇ ਪੰਜਾਬ ਹਿੱਤ ਲਈ ਉਹ ਨਹੀਂ ਕਰ ਰਹੀ ਤੁਸੀਂ ਕੀ ਸੋਚਦੇ ਹੋ ਕਮੈਂਟਾਂ ਜ਼ਰੂਰ ਦੱਸਣਾ ਧੰਨਵਾਦ